ਇੰਡੀਅਨ ਟਾਈਮਜ਼ ਦੇ ਰੀਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। 2017-18 ਦੀ ਦੂਜੀ ਤਿਮਾਹੀ ਵਿੱਚ ਮੈਨੂਫੈਕਚਰਿੰਗ ਸੈਕਟਰ ਵਿੱਚ ਉਤਪਾਦਨ ਵਿੱਚ ਵਾਧੇ ਦੀ ਵਜ੍ਹਾ ਤੋਂ ਭਾਰਤ ਦਾ ਵਿਕਾਸ ਦਰ 6.3% ਤੱਕ ਪਹੁੰਚ ਗਿਆ ਹੈ ਅਤੇ ਪਿਛਲੇ 5 ਤਿਮਾਹੀ ਤੋਂ ਆਉਣ ਵਾਲੀ ਗਿਰਾਵਟ ਉੱਤੇ ਰੋਕ ਲੱਗ ਗਿਆ। ਸੈਂਟਰਲ ਸਟੈਟਿਸਟਿਕ ਆਫਿਸ ਦੇ ਅੰਕੜਿਆਂ ਦੇ ਅਨੁਸਾਰ ਦੂਜੀ ਤਿਮਾਹੀ ਵਿੱਚ GDP 31.66 ਲੱਖ ਕਰੋੜ ਸੀ। ਆਪਣੀ ਫਿਲਮ ਪਦਮਾਵਤੀ ਉੱਤੇ ਉੱਠੇ ਵਿਵਾਦ ਦੇ ਵਿੱਚ ਨਿਰਦੇਸ਼ਕ ਸੰਜੀ ਲੀਲਾ ਭੰਸਾਲੀ ਇੱਕ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਹਾਜ਼ਰ ਹੋਏ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਆਗਾਮੀ ਫਿਲਮ ਉੱਤੇ ਉੱਠੇ ਵਿਵਾਦ ਦਾ ਆਧਾਰ ਸਿਰਫ ਇੱਕ ਅਫਵਾਹ ਹੈ ਅਤੇ ਉਹਨਾਂ ਨੇ ਆਪਣੇ ਉੱਪਰ ਲੱਗੇ ਸਾਰੇ ਆਰੋਪਾਂ ਤੋਂ ਮਨਾ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ 16ਵੀਂ ਸਦੀ ਦੀ ਇੱਕ ਰਾਜਪੂਤ ਰਾਣੀ ਦੀ ਇਤਿਹਾਸਿਕ ਫੈਕਟਸ ਨਾਲ ਛੇੜਛਾੜ ਕਰ ਰਹੇ ਹਨ। PM ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਪਕਸ਼ ਦੇ ਆਲੋਚਨਾ ਤੋਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਉਹਨਾਂ ਦੀ ਸਰਕਾਰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ ਆਪਣਾ ਅਭਿਆਨ ਜਾਰੀ ਰੱਖੇਗੀ। ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਰੋਕਣ ਦੇ ਲਈ ਉਹ ਕੋਈ ਵੀ ਰਾਜਨੀਤਿਕ ਕੀਮਤ ਦੇਣ ਨੂੰ ਤਿਆਰ ਹਨ। ਕਾਂਗਰਸ ਵਾਈਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਗੁਜਰਾਤ ਦਾ 2,41,000 ਕਰੋੜ ਦੇ ਵੱਧੇ ਕਰਜ਼ ਦੇ ਲਈ PM ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ BJP ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਹੈ ਕਿ ਪਿਛਲੇ 1 ਦਸ਼ਕ ਵਿੱਚ ਰਾਜ ਦਾ GDP ਬਹੁਤ ਵੱਧ ਗਿਆ ਹੈ। ਕਸ਼ਮੀਰ ਘਾਟੀ ਵਿੱਚ ਸੁਰੱਖਿਆ ਬਲਾਂ ਅਤੇ ਆਤੰਕੀਆਂ ਦੇ ਵਿੱਚ ਮੁੱਠਭੇੜ ਦੀ 2 ਅੱਡ ਘਟਨਾਵਾਂ ਵਿੱਚ 5 ਆਤੰਕਵਾਦੀ ਮਾਰੇ ਗਏ, ਜਿਸ ਵਿੱਚ 4 ਪਾਕਿਸਤਾਨੀ ਨਾਗਰਿਕ ਸਨ ਅਤੇ ਪੈਰਾ ਕਮਾਂਡੋ ਦਾ 1 ਜਵਾਨ ਘਾਇਲ ਹੋ ਗਿਆ। ਸੁਰੱਖਿਆ ਬਲਾਂ ਦੁਆਰਾ ਚਲਾਏ ਜਾ ਰਹੇ ਅਭਿਆਨ ਦਾ ਵਿਰੋਧ ਕਰ ਰਹੇ 5 ਆਮ ਨਾਗਰਿਕ ਵੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਏ। ਇੱਕ ਮਾਈਨਰ ਬ੍ਰੇਨ ਹੈਮਰੇਜ ਤੋਂ ਪੀੜਿਤ ਹੋਣ ਦੇ ਬਾਅਦ ਸਾਬਕਾ ਡਿਫੈਂਸ ਮਿਨਿਸਟਰ AK ਐਂਟੋਨੀ ਨੂੰ ਨਿਊ ਦਿੱਲੀ ਦੇ RML ਹਸਪੀਟਲ ਵਿੱਚ ਭਰਤੀ ਕਰਾਇਆ ਗਿਆ ਹੈ। ਉਹਨਾਂ ਨੂੰ ਅਗਲੇ 2 ਤੋਂ 3 ਦਿਨਾਂ ਦੇ ਲਈ ਆਬਜ਼ਰਵੇਸ਼ਨ ਵਿੱਚ ਰੱਖਿਆ ਜਾਵੇਗਾ। ਕੇਰਲਾ ਦੇ ਸਦਰਨ ਪਾਰਟ ਵਿੱਚ ਭਾਰੀ ਬਾਰਿਸ਼ ਅਤੇ ਸਟਰੋਂਗ ਵਿੰਡਸ ਦੀ ਵਜ੍ਹਾ ਤੋਂ 4 ਲੋਕਾਂ ਦੀ ਮੌਤ ਹੋ ਗਈ, ਜੋ ਸਾਈਕਲੋਨਿਕ ਸਟੋਰਮ ਅੱਖੀ ਦੇ ਕੋਸ ਨੂੰ ਹਿੱਟ ਕਰਨ ਦੇ ਬਾਅਦ ਆਈ ਸੀ। ਸਭ ਤੋਂ ਜ਼ਿਆਦਾ ਨੁਕਸਾਨ ਥਿਰੂਵਨੰਤਪੁਰਮ ਅਤੇ ਕੋਲਾਮ ਡਿਸਟ੍ਰਿਕਟ ਦਾ ਹੋਇਆ ਹੈ, ਜਿੱਥੇ ਕੁਝ ਦਰਖਤ ਵੀ ਧਰਤੀ ਤੋਂ ਨਿਕਲ ਗਏ ਸਨ। ਇੱਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 2016 ਵਿੱਚ ਰੇਪ, ਕਿਡਨੈਪਿੰਗ ਅਤੇ ਅਬਡਕਸ਼ਨ, ਔਰਤਾਂ ਦੇ ਖਿਲਾਫ ਕ੍ਰਾਈਮ ਅਤੇ ਬੱਚਿਆਂ ਦੇ ਖਿਲਾਫ ਕੀਤੇ ਗਏ ਪ੍ਰਮੁੱਖ ਕ੍ਰਾਈਮਸ 2.6% ਵੱਧ ਗਏ ਹਨ। IPC ਕ੍ਰਾਈਮ ਦੇ ਆਧਾਰ ਤੋਂ ਦਿੱਲੀ ਦਾ ਕ੍ਰਾਈਮ ਰੇਟ ਸਭ ਤੋਂ ਜ਼ਿਆਦਾ ਹੈ ਅਤੇ ਉਸ ਤੋਂ ਬਾਅਦ ਕੇਰਲਾ ਅਤੇ ਮੱਧ ਪ੍ਰਦੇਸ਼ ਹੈ। ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਅਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੇਟ ਲਿਫਟਰ ਮੀਰਾਬਾਈ ਚੰਨੂ ਨੂੰ ਵਧਾਈ ਦਿੱਤੀ ਹੈ। ਯੂਨਾਈਟਿਡ ਸਟੇਟਸ ਦੇ ਵਰਲਡ ਵੇਟ ਲਿਫਟਿੰਗ ਚੈਂਪੀਅਨਸ਼ਿਪਸ ਵਿੱਚ ਪਿਛਲੇ 2 ਦਸ਼ਕਾਂ ਵਿੱਚ ਉਹ ਪਹਿਲੀ ਭਾਰਤੀ ਹੈ ਜਿਸ ਨੇ ਗੋਲਡ ਮੈਡਲ ਜਿੱਤਿਆ ਹੈ। ਫਿਲਮ ਮੇਕਰ ਮਧੁਰ ਭੰਡਾਰਕਰ ਨੇ ਕਿਹਾ ਹੈ ਕਿ ਉਹ ਸੋਲਜਰ ਦੇ ਲਾਈਫ ਉੱਤੇ ਵੱਡੇ ਕੈਨਵਸ ਉੱਤੇ ਇੱਕ ਫਿਲਮ ਬਣਾਉਣਾ ਚਾਹੁੰਦੇ ਹਨ। ਉਹ ਚਾਨੀ ਬਾਰ, ਟ੍ਰੈਫਿਕ ਸਿਗਨਲ ਅਤੇ ਫੈਸ਼ਨ ਵਰਗੀ ਫਿਲਮਸ ਲਈ ਜਾਣੇ ਜਾਂਦੇ ਹਨ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।